ਦਮਦਮੀ ਟਕਸਾਲੀ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਭਾਈ ਹਰਨੇਕ ਸਿੰਘ ਭੱਪ ਦੇ ਘਰ ਪਹੁੰਚੇ। ਖਾੜਕੂ ਲਹਿਰ ਦੇ ਯੋਧੇ ਭਾਈ ਹਰਨੇਕ ਸਿੰਘ ਭੱਪ ਕਈ ਸਾਲ ਜੇਲ੍ਹ ਕੱਟਣ ਤੋਂ ਬਾਅਦ ਜੈਪੁਰ ਜੇਲ੍ਹ 'ਚੋਂ ਪਹਿਲੀ ਵਾਰ 20 ਦਿਨ ਦੀ ਪੈਰੋਲ ਮਿਲਣ 'ਤੇ ਆਪਣੇ ਨਗਰ ਬਟਾਰੀ ਵਿਖੇ ਪਹੁੰਚੇ। ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਨੇ ਪੰਥਕ ਵਿਚਾਰਾਂ ਕਰਨ ਤੋਂ ਬਾਅਦ ਭਾਈ ਹਰਨੇਕ ਸਿੰਘ ਜੀ ਭਾਪਾ ਅਤੇ ਭਾਈ ਹਰਨੇਕ ਸਿੰਘ ਭਾਪ ਜੀ ਦੇ ਸਤਿਕਾਰਯੋਗ ਮਾਤਾ ਦਾ ਸਰੋਪਾਓ ਪਾ ਕੇ ਸਨਮਾਨ ਕੀਤਾ।